ਸ਼ੁਕਰ ਦੇਸ਼ ਦੁਨੀਆ ਵਿੱਚ ਜਿਹੜੀ ਪੰਜਾਬੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਸ਼ਮੀਡਾਵਰਾ ਤੇ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਵੋਟਰ ਜਾਗਰੂਕਤਾ ਮੁਹਿੰਮ ਦੋਸਤੋ ਅਸੀਂ ਜਾਣਦੇ ਹਾਂ ਕਿ 20 ਫਰਵਰੀ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਤੇ ਪੰਜ ਸਟੇਟਾਂ ਦੇ ਵਿੱਚ ਇੱਕ ਤਰ੍ਹਾਂ ਤਿਹਾਰ ਦਾ ਸੀਜ਼ਨ ਚੱਲ ਰਿਹਾ ਹੈ ਹਾਲਾਂਕਿ ਬਹੁਤ ਸਾਰੇ ਤਿਹਾਰ ਭਾਰਤ ਦੇ ਵਿੱਚ ਮਨਾਏ ਜਾਂਦੇ ਨੇ ਲੇਕਿਨ ਇੱਕ ਤਿਹਾਰ ਵੋਟ ਦਾ ਤਿਹਾਰ ਅਜੀਹਾ ਹੁੰਦਾ ਹੈ ਜਦੋਂ ਸਾਰਾ ਭਾਰਤ ਉਸ ਨੂੰ بڑے ਧੂਮ-ਧਾਮ ਦੇ ਨਾਲ ਮਨਾਉਂਦਾ ਹੈ ਇੰਤਜ਼ਾਰ ਵੀ ਰਹਿੰਦਾ ਹੈ 5 ਸਾਲ ਅਸੀਂ ਇੰਤਜ਼ਾਰ ਕਰਦੇ ਹਾਂ ਪਹਿਲੇ ਨੂੰ ਵੋਟ ਪਾਈ ਹੁੰਦੀ ਆ ਉਸ ਦਾ ਲੇਖਾ ਜੋਖਾ ਕਰਦੇ ਹਾਂ ਨਵੇਂ ਨੇ ਕਿਸ ਨੂੰ ਬਣਾਣਾ ਹੈ ਇਸ ਬਾਰੇ ਸੋਚਦੇ ਆਂ ਲੇਕਿਨ ਜਦੋਂ ਸੋਚਿਆ ਤੁਸੀਂ ਕੋਈ ਵੀ ਤਿਹਾਰ ਮਨਾਉਣਾ ਹੁੰਦਾ ਸੀ ਘਰ ਦੀਆਂ ਤਿਆਰੀਆਂ ਕਰਦੇ ਆਂ ਜਾਂ ਅਸੀਂ ਕੋਈ ਤਿਹਾਰ ਮਨਾਣੇ ਆਂ ਅਸੀਂ ਗੁਰਦਾਰੇ ਮੰਦਰਾਂ ਦੇ ਵਿੱਚ ਮਨਾਣੇ ਆਂ ਉੱਥੇ ਜਾ ਕੇ ਤਿਆਰੀ ਕਰਦੇ ਆਂ ਫਿਰ ਜਦੋਂ ਵੋਟ ਦਾ ਤਿਹਾਰ ਹੁੰਦਾ ਹੈ ਤਾਂ ਉਸ ਦੇ ਲਈ ਤਿਆਰੀ ਕੌਣ ਕਰਦਾ ਹੈ ਬਿਲਕੁਲ ਸਹੀ ਤੁਸੀਂ ਸੋਚ ਰਹੇ ਹੋ ਕਿਉਂਕਿ ਚੀਫ ਇਲੈਕਸ਼ਨ ਕਮਿਸ਼ਨ ਅੰਪਾਰਨ ਸਰਕਾਰੀ ਕੱਜੇ ਹੀ ਹਸਤੀ ਹੈ ਜਿਸ ਜਿਹੜੀ ਇਸ ਤਿਹਾਰ ਨੂੰ ਪੂਰੇ ਸਲੀਕੇ ਦੇ ਨਾਲ ਮਨਾਉਂਦੀ ਹੈ ਲੇਕਿਨ ਇਕੱਲਾ ਚੋਣ ਕਮਿਸ਼ਨਰ ਤਾਂ ਕੁਝ ਨਹੀਂ ਨ ਕਰ ਸਕਦਾ ਬਹੁਤ ਕੁਝ ਹੁੰਦਾ ਹੈ ਜਿਹੜਾ ਉਹ ਲਾਗੂ ਕਰਦੇ ਨੇ ਤੇ ਉਹਨਾਂ ਨੂੰ ਲਾਗੂ ਕਰਨ ਦੇ ਲਈ ਅਲੱਗ-ਅਲੱਗ ਮਹਿਕਮਿਆਂ ਤੋਂ ਬਣਾ ਕੇ ਇੱਕ ਮਹਿਕਮਾ ਬਣਾ ਦਿੱਤਾ ਜਾਂਦਾ ਹੈ ਜਿਹੜਾ ਇਹਨੂੰ ਲਾਗੂ ਕਰਦਾ ਹੈ ਤੇ ਉਹਨਾਂ ਵਿੱਚੋਂ ਇੱਕ ਪ੍ਰੋਗਰਾਮ ਹੈ ਸਵੀ ਗੱਲ ਅਸੀਂ ਅੱਜ ਸਵੀਪ ਦੀ ਕਰਨੀ ਹੈ ਤੇ ਸਵੀਪ ਦੀ ਗੱਲ ਜਿਨ੍ਹਾਂ ਦੇ ਨਾਲ ਕਰਨੀ ਹੈ ਸਭ ਤੋਂ ਪਹਿਲਾਂ ਉਹਨਾਂ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਮੈਂ ਮਲਾਦਾ ਮੇਰੇ ਬਿਲਕੁਲ ਨਾਲ ਬੈਠੇ ਨੇ ਅਜਸਵੀ ਅਲੰਕਾਰ ਜੋ ਕਿ ਆਈਐਸ ਨੇ ਸਹਾਇਕ ਕਮਿਸ਼ਨਰ ਨੇ ਤੇ ਜ਼ਿਲ੍ਹਾ ਨੋਡਲ ਅਫਸਰ ਨੇ ਸਵੀਪ ਮਹਿੰਦ ਇਹਨਾਂ ਦੇ ਨਾਲ ਬੈਠੇ ਨੇ ਸੁਰਜੀਤ ਲਾਲ ਜੀ ਜੋ ਕਿ ਵੈਸੇ ਤਾਂ ਪ੍ਰੋਫੈਸਰ ਨੇ ਲੈਕਚਰਰ ਨੇ ਅੰਗਰੇਜ਼ੀ ਦੇ ਲੇਕਿਨ ਜ਼ਿਲ੍ਹਾ ਸਹਾਇਕ ਨੋਡਲ ਅਫਸਰ ਸਵੀਪ ਦੇ ਇੱਥੇ ਜਲੰਧਰ ਜ਼ਿਲ੍ਹੇ ਦੇ ਵਿੱਚ ਇਹ ਬਤੌਰ ਕੰਮ ਕਰ ਰਹੇ ਨੇ ਸਭ ਤੋਂ ਪਹਿਲਾਂ ਤੁਹਾਡਾ ਡੀਡੀ ਪੰਜਾਬੀ ਤੇ ਸਵਾਗਤ ਹੈ ਜੀ ਧੰਨਵਾਦ ਸ਼ੁਰੂਆਤ ਕਰਦੇ ਹਾਂ ਦੋਸਤੋ ਪ੍ਰੋਗਰਾਮ ਸਵੀਪ ਦੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਸੁਰਜੀਤ ਲਾਲ ਜੀ ਸਵੀਪ ਐਸ ਵੀ ਈ ਈ ਪੀ ਹੈ ਕੀ ਚੀਜ਼ ਕੀ ਹੈ ਦੀ ਪੂਰੀ ਫੁੱਲ ਨੇਮ ਕਿਸ ਕਿਸ ਮੰਤਵ ਲਈ ਇਹ ਬਣਾਇਆ ਗਿਆ ਅ ਸ਼ਮੀ ਜੀ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਕੀ ਸਵੀਪ ਹੈ ਕੀ ਇਹ ਪਹਿਲਾਂ ਦਾ ਇਸ ਤੋਂ ਹੀ ਸ਼ੁਰੂਆਤ ਕੀਤੀ ਜਾਵੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ VOTER ਜਾਗਰੂਕਤਾ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪਹਿਲਾਂ ਵੀ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸੀ ਲੇਕਿਨ ਇੱਕ ਜੰਗੀ ਪੱਧਰ ਤੇ ਕੋਸ਼ਿਸ਼ ਜਿਹੜੀ ਇਹ ਕਰਨ ਦਾ ਹੈ ਜਿਹੜਾ ਉਪਰਾਲਾ ਕੀਤਾ ਗਿਆ ਉਸ ਦਾ ਨਾਮ ਕਹਿ ਸਕਦੇ ਆਪਾਂ ਸਵੀਪ ਸਵੀਪ ਜਿਹੜਾ ਆ ਇਹਦੀ ਜੇ ਫੁੱਲ ਫਾਰਮ ਆਪਾਂ ਦੇਖੀਏ ਸਿਸਟਮੈਟਿਕ VOTERS ELECTORAL এডਿਕੇਸ਼ਨ ਪਾਰਟਿਸਪੇਸ਼ਨ ਇਹਦਾ ਜਿਹੜੀ ਫੁੱਲ ਫਾਰਮ ਆ ਜਾਂ ਇਹਨੂੰ ਸਾਦੀ ਦਾ ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਵੋਟਾਂ ਬਣਾਉਣ ਦੇ ਲਈ ਤੇ ਬਣਾਉਣ ਤੋਂ ਬਾਅਦ ਜਦੋਂ ਇਲੈਕਸ਼ਨ ਹੁੰਦੀ ਹੈ ਪੋਲਿੰਗ ਹੁੰਦੀ ਹੈ ਤੇ ਉਸ ਦੇ ਲਈ ਜਿਹੜਾ ਹੈ ਐਥੀਕਲ VOTING ਲਈ ਜਿਹੜਾ ਹੈ ਪ੍ਰੇਰਿਤ ਕਰਨਾ ਇਹ ਇਹਦਾ ਮੇਨ ਮਕਸਦ ਆਪਾਂ ਕਹਿ ਸਕਦੇ ਹਾਂ ਇਸ ਦੇ ਵਿੱਚ ਜਸਵੀ ਜੀ ਕਿਉਂਕਿ ਤੁਸੀਂ ਸਹਾਇਕ ਕਮਿਸ਼ਨਰ ਦੇ ਤੌਰ ਤੇ ਕੰਮ ਕਰਦੇ ਹੋ ਜ਼ਿਲ੍ਹਾ ਦੇ ਜਿਹੜਾ ਜ਼ਿਲਹੰਦਰ ਦੇ ਨੋਡਲ ਅਫਸਰ ਦੇ ਤੌਰ ਤੇ ਕੰਮ ਕਰ ਰਹੇ ਹੋ ਮੈਂ ਤੁਹਾਡੇ ਕੋਲੋਂ ਪੁੱਛਾਂ ਵੀ ਕੀ ਕੀ ਐਕਟੀਵਿਟੀਆਂ ਹੁੰਦੀਆਂ ਕਰਦੇ ਕੀ ਉਹ ਆਖਿਰ ਤੱਕੇ ਵਦ ਤੋਂ ਵਦ ਲੋਕ ਪ੍ਰੇਰਿਤ ਹੋ ਕੇ ਵੋਟ ਪਾਉਣ ਦੇ ਲਈ ਬੂਹ ਤੱਕ ਜਾਣ ਅ ਦੇਖੋ ਸ਼ਮੀਰ ਸਾਹਿਬ sweep ਜਿਹੜਾ ਆਪਣਾ ਪ੍ਰੋਗਰਾਮ ਹੈ ਇਸ ਦੇ ਆਪਣੇ ਦੋ ਆਬਜੈਕਟਿਵ ਨੇ ਤਾਂ ਬੋਥ ਆਪਾਂ ਨੇ ਪਾਰਟਿਸਪੀਕੇਸ਼ਨ ਵਧਾਉਣੀ ਵੀ ਹੈਗੀ ਤੇ ਨਾਲੇ ਐਜੂਕੇਸ਼ਨ ਵੀ ਫਲਾਣੀ ਹੈਗੀ ਕਿ ਆਪਾਂ ਕਿਦਾਂ ਵੋਟ ਪਾਈਏ ਤੇ ਇਸ ਦੇ ਲਈ ਆਪਾਂ ਦੋਹਾਂ ਪੱਖਾਂ ਤੇ ਸਭ ਤੋਂ ਪਹਿਲਾਂ ਆਪਾਂ ਯੰਗ ਵੋਟਰਸ ਨੂੰ ਰੀਚ ਆਊਟ ਕਰਦੇ ਆਂ ਜਿਸ ਤਰ੍ਹਾਂ ਜਿਹੜਾ 18 ਤੋਂ 30 ਵਾਲੀ ਜਿਹੜੀ ਏਜ ਗਰੁੱਪ ਹੈ ਉਹ ਸੋਸ਼ਲ ਮੀਡੀਆ ਦੇ ਜਿਸ ਤਰ੍ਹਾਂ ਬਹੁਤ ਐਕਟਿਵ ਰਹਿੰਦੇ ਆ ਬਟ ਉਹਨਾਂ ਦਾ ਟਰਨ ਆਊਟ ਦੇਖ ਕੇ ਤੁਸੀਂ ਵੇਖੋਗੇ ਇਲੈਕਸ਼ਨਾਂ ਦੇ ਵਿੱਚ ਉਹ ਘਟ ਰਿਹਾ ਹੈ ਤੇ ਇਹਨਾਂ ਨੂੰ ਆਪਾਂ ਉਹੀ ਮਾਧਿਅਮ ਦੇ ਦੇ ਉੱਤੇ ਹੀ ਜਿਸ ਤਰ੍ਹਾਂ ਸੋਸ਼ਲ ਮੀਡੀਆ ਹੋ ਗਿਆ ਇੰਸਟਾਗ੍ਰਾਮ ਫੇਸਬੁੱਕ ਆਪਾਂ ਪੋਸਟਰ ਬਣਾਉਂਦੇ ਆ ਬਹੁਤ ਐਜੂਕੇਟਿਵ ਪੋਸਟਰਸ ਦੀ ਗੱਲ ਕਰਦੇ ਆ ਇੱਕ ਆਪਾਂ ਜਿਸ ਤਰ੍ਹਾਂ ਜਲੰਧ ਜਲੰਧ ਜ਼ਿਲ੍ਹੇ ਦੇ ਵਿੱਚ ਇੱਕ ਸੀਰੀਜ਼ ਬਿਲਾਉਂਚ ਕੀਤੀ ਗਈ ਹੈ ਵੋਟਰ ਆਈ ਬੀ ਤੇ ਪੰਜਾਬੀ ਚ ਵੀ ਲਾਂਚ ਕੀਤੀ ਗਿਆ ਜਿਸ ਦੇ ਵਿੱਚ ਵੋਟ ਵੋਟ ਸਿਰਫ ਵਧਾਉਣੀ ਨਹੀਂ ਹੈਗੀ ਤੇ ਕਿਦਾਂ ਪਾਣੀ ਹੈ ਇਸ ਤਰ੍ਹਾਂ ਦੀ ਐਜੂਕੇਟਿਵ ਵੀਡੀਓਜ਼ ਵੀ ਆਪਾਂ ਕਰਦੇ ਆਂ ਤੇ ਨਾਲੇ ਆਪਾਂ ਬਹੁਤ ਸਾਰੇ ਸੈਲੀਬ੍ਰਿਟੀਜ਼ ਨੂੰ ਵੀ ਇਨਵੋਲ ਜਲੰਧਰ ਦੇ ਵਿੱਚ ਕੀਤਾ ਹੈ ਤੇ ਇਹੋ ਜੇ ਉਪਰਾਲੇ ਦੂਜੇ ਦੂਜੇ ਡਿਸਟ੍ਰਿਕਟਾਂ ਦੇ ਵਿੱਚ ਵੀ ਹੋ ਰਹੇ ਆ ਜਿਸ ਤਰ੍ਹਾਂ ਅਸੀਂ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਵੀ ਸੈਲੀਬ੍ਰਿਟੀਜ਼ ਨੂੰ ਅਪੀਲ ਸੈਲੀਬ੍ਰਿਟੀਜ਼ ਅਪੀਲ ਕਰ ਰਹੇ ਨੇ ਕਿ ਤੁਸੀਂ ਅੱਗੇ ਆਓ ਆਪਣਾ ਵੋਟ ਪਾਓ ਕਿਉਂਕਿ ਇਹ ਲੋਕਤੰਤਰ ਸਪਤਾ ਤੁਹਾਡਾ ਜਿਹਨੂੰ ਕਹਿੰਦੇ ਮੂਲ ਅਧਿਕਾਰ ਆ ਵੋਟ ਪਾਉਣਾ ਤੇ ਐਜੂਕੇਸ਼ਨ ਦੇਖੀ ਹੁਣ ਕੋਵਿਡ ਦਾ ਸਮਾਂ ਚੱਲ ਰਿਹਾ ਤੇ ਨੇਚਰਲੀ ਆਪਣੇ ਕੁਝ ਕਨਸਟ੍ਰੇਂਟਸ ਹੋ ਗਏ ਨੇ ਜਿਸ ਤਰ੍ਹਾਂ ਆਫਲਾਈਨ ਆਪਾਂ ਕੋਈ ਇਹੋ ਜੀ ਮੀਟਿੰਗਾਂ ਜਾਂ ਕਾਨਫਰੰਸ ਨਹੀਂ ਕਰਾ ਸਕਦੇ ਆ ਤੇ ਪਹਿਲਾਂ ਤਾਂ ਚਲੋ ਐਗਜ਼ੀਬਿਸ਼ਨ ਵੀ ਕਰਾਉਂਦੇ ਰਹਿੰਦੇ ਸੀਗੇ ਪਰ ਇਸ ਟਾਈਮ ਆਪਣਾ ਸਾਰਾ ਜਿਹੜੇ ਆਪਣੇ ਉਪਰਾਲੇ ਆ ਉਹ ਆਪਾਂ ਆਨਲਾਈਨ ਮਾਧਿਅਮ ਦੇ ਥਰੂ ਕਰ ਰਹੇ ਆ ਜੀ 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 ਮਤਲਬ ਕਾਫੀ ਕੁਝ ਇਹਦੇ ਵਿੱਚ ਕਰਦੇ ਹੋ ਚਾਹੇ ਉਹ ਸਿੰਗਿੰਗ ਕੰਪੀਟੀਸ਼ਨ ਹੋਣ ਚਿੱਤਰਕਾਰੀ ਕੰਪੀਟੀਸ਼ਨ ਹੋਣ ਜਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਪੀਟੀਸ਼ਨ ਜਿਹੜੇ ਆ ਉਹ ਸਵੀਪ ਦੇ ਵਿੱਚ ਕਰਾਏ ਜਾਂਦੇ ਨੇ ਇੱਕ ਗੱਲ ਮੈਂ ਤੁਹਾਡੇ ਕੋਲੋਂ ਪੁੱਛਾਂ ਵੀ ਅਕਸਰ ਕਿਹਾ ਜਾਂਦਾ ਵੀ ਜਿਸ ਜਦੋਂ ਕਹਿੰਦੇ ਨਾ ਕਿ ਆਇਆ ਤਾਂ ਇਹ ਜਾਂਦਾ ਵੀ ਵਿੜੇ ਆਈ ਜੰਜ ਬਿੰਨੋ ਕੁੜੀ ਦੇ ਕੰਨ ਅਕਸਰ ਤਿਹਾਰ ਜਦੋਂ ਮਨਾਣਾ ਹੁੰਦਾ ਹੈ ਨਾ ਪੰਜ ਸੱਤ ਦਿਨ ਪਹਿਲਾਂ ਪਤਾ ਲੱਗਦਾ ਵੀ ਆ ਤਿਹਾਰ ਹੈ ਜੀ ਹੁਣ ਇਹਨੂੰ ਮਲਾ ਲਓ ਅਸੀਂ ਸ਼ੋਭਾ ਯਾਤਰਾ ਕੱਢਣੀ ਹੈ ਨਗਰ ਕੀਰਤਨ ਕੱਢਣਾ ਹੈ ਜਾਂ ਇਤਿਹਾਰ ਦੀ ਤਿਆਰੀ ਤੁਸੀਂ ਉਸ ਵਕਤ ਤੋਂ ਸ਼ੁਰੂ ਕਰਦੇ ਹੋ ਜਦੋਂ ਜਿਹੜਾ ਚੋਣ ਕਮਿਸ਼ਨਰ ਹੈ ਉਹ ਇਲੈਕਸ਼ਨ ਡਿਕਲੇਅਰ ਕਰ ਦਿੰਦਾ ਹੈ ਜਾਂ ਇਹ ਹਮੇਸ਼ਾ ਤੁਹਾਡਾ ਡਿਪਾਰਟਮੈਂਟ ਹੁੰਦਾ ਹੈ ਔਰ ਇਹ ਲਗਾਤਾਰ ਤਿਆਰੀਆਂ ਰਹਿੰਦੀਆਂ ਨੇ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਸ਼ਾਮ ਲਾਲ ਜੀ ਸੁਜੀਵਾਲ ਜੀ ਐ ਸਵੀਪ ਐਕਟੀਵਿਟੀ ਜਿਹੜੀਆਂ ਐ ਸਰ ਇਹ ਇਲੈਕਸ਼ਨ ਤੋਂ ਪਹਿਲਾਂ ਵੀ ਤੇ ਇਲੈਕਸ਼ਨ ਦੇ ਦੌਰਾਨ ਵੀ ਇਹ ਨਹੀਂ ਕਿ ਬਈ ਹੁਣ ਤਿਉਹਾਰ ਆ ਗਿਆ ਤੇ ਅਸੀਂ ਹੁਣ ਥੋੜਾ ਜਿਹਾ ਬਈ ਤਿਆਰੀ ਸ਼ੁਰੂ ਕਰ ਦਈਏ ਅਸੀਂ ਪੂਰਾ ਸਾਲ ਜਿਹੜੀ ਐਕਸਰਸਾਈਜ਼ ਕਰਦੀ ਆ ਅਸੀਂ ਵੋਟਾਂ ਬਣਾਈਦੀ ਆ ਐਮਬੀਆ ਉਹਨਾਂ ਜਸੂਦ ਵੀ ਕਰੀਦੀ ਆ ਹਰ ਤਰ੍ਹਾਂ ਦੀ ਐਕਟੀਵਿਟੀਜ਼ ਕਰਦੇ ਰਹੀਦਾ ਲੋਕਾਂ ਦੇ ਨਾਲ ਇਨਟਚ ਰੱਖੀਦਾ ਲੋਕਾਂ ਨੂੰ ਮੋਟੀਵੇਟ ਕਰਦੇ ਰਹੀਦਾ ਬਈ ਜਦੋਂ ਵੀ ਇਲੈਕਸ਼ਨ ਆਉਣ ਉਸ ਵੇਲੇ ਜਿਹੜਾ ਆ ਉਹ ਵੱਧ ਤੋਂ ਵੱਧ ਜਿਹੜਾ ਉਹਨਾਂ ਦੀ ਪਾਰਟਿਸਪੇਸ਼ਨ ਹੋ ਸਕੇ ਇਹਨਾਂ ਆ ਕਿ ਇਲੈਕਸ਼ਨ ਵੇਲੇ ਥੋੜਾ ਜਿਹਾ ਅਸੀਂ ਥੋੜਾ ਜਿਹਾ ਸਾਡਾ ਜਿਹੜ ਤੁੜੀ ਐਕਟਿਵ ਹੋ ਜਾਂਦੀ ਆ ਪਹਿਲਾਂ ਅਸੀਂ ਜਿਹੜਾ ਕੰਮ ਤਾਂ ਕਰੀਦਾ ਹੈ ਲੇਕਿਨ ਇੱਕ ਸਪੀਡ ਦੇ ਨਾਲ ਹੁੰਦਾ ਇਸ ਵੇਲੇ ਜਿਹੜੀ ਹੈ ਸਪੀਡ ਕਹਿੰ ਲੋ ਟਾਪ ਗੀਅਰ ਦੇ ਵਿੱਚ ਹੋ ਜੀਦਾ ਜੀ ਜੀ ਇੱਕ ਗੱਲ ਜਿਹੜੀ ਹੈ ਬੜੀ ਉਹ ਆਂਦੀ ਹੈ ਜਸਵੀ ਜੀ ਬਈ ਇੱਕ ਆਫਿਸ ਹੁੰਦਾ ਨਾ ਆਫਿਸਰ ਪਾਸ ਜਦੋਂ ਕੰਮ ਕਰਦੇ ਆ ਤਾਂ ਸਾਨੂੰ ਪਤਾ ਹੈ ਕਿ ਸਾਡੇ ਕੋਲ ਆਹ ਸਟਾਫ ਹੈਗਾ ਹੈ ਸਾਡੀ ਉਹਨਾਂ ਨਾਲ ਬੜੀ ਕੋਆਪਰੇਸ਼ਨ ਜੁੜੀ ਹੋਈ ਹੁੰਦੀ ਹੈ ਲੇਕਿਨ ਚੌਣ ਕਮਿਸ਼ਨ ਦਾ ਜਿੱਥੇ ਤੱਕ ਪਤਾ ਹੈ ਜਿੱਥੇ ਤੱਕ ਜਾਣਕਾਰੀ ਹੈ ਉਹੀ ਹੈ ਵੀ ਕੋਈ ਕਿਸੇ ਡਿਪਾਰਟਮੈਂਟ ਦਾ ਹੁੰਦਾ ਹੈ ਕੋਈ ਕਿਸੇ ਡਿਪਾਰਟਮੈਂਟ ਦਾ ਹੁੰਦਾ ਹੈ ਰਲ ਕੇ ਇੱਕ ਟੀਮ ਵਰਕ ਤੁਸੀਂ ਇਹ ਕਿਰਾਹ ਕਿਸ ਤਰ੍ਹਾਂ ਲੈਂਦੇ ਹੋ ਕਿ ਇਹ ਸੱਚਮੁੱਚ ਆਪਣੇ ਆਪ ਦੇ ਵਿੱਚ ਇਹ ਨਹੀਂ ਹੈਗਾ ਵੀ ਅਲੱਗ-ਅਲੱਗ ਡਿਪਾਰਟਮੈਂਟ ਤੋਂ ਆਕੇ ਤੁਸੀਂ ਇੱਕ ਸੇਧ ਦੇ ਵਿੱਚ ਫਿਰ ਉਹਨਾਂ ਲੋਕਾਂ ਨੂੰ ਲੈ ਕੇ ਚੱਲਦੇ ਹੋ ਇੱਕ ਲੜੀ ਦੇ ਵਿੱਚ ਪਰੋਕੇ ਚੱਲਦੇ ਆ ਜੀ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਆਈ ਥ ਬਾਦਰ ਇੰਟੀਗਰਲ 파ਟ ਹੈ ਕਿ ਸਭ ਨੂੰ ਪਤਾ ਹੋਵੇ ਕਿ ਇਸ ਜਿਹੜਾ ਪ੍ਰਸ਼ਾਸਨ ਹੈ ਉਹ ਕਿਸ ਤਰ੍ਹਾਂ ਇਲੈਕਸ਼ਨ ਕਰਾਂਦਾ ਹੈ ਤੇ ਦੇਖਿਓ ਇਲੈਕਸ਼ਨ ਕਰਾਉਣ ਦਾ ਕੋਈ ਵੱਖਰਾ ਸਟਾਫ ਇਹੋ ਜਿਹਾ ਆਪਾਂ ਡਿਜ਼ਾਈਗਨੇਟਡ ਨਹੀਂ ਹੁੰਦਾ ਸਰਕਾਰ ਦੇ ਵਿੱਚ ਤੇ ਇੱਕ ਜਿਸ ਤਰ੍ਹਾਂ ਇੱਕ ਸਾਂਝਾ ਆਪਣਾ ਜਿਹੜਾ ਇਲੈਕਸ਼ਨ ਹੈ ਦੀ ਇੱਕ ਸਾਂਝੀ ਟੀਮ ਬਣਦੀ ਹੈ ਜਿਸ ਦੇ ਵਿੱਚ ਹਰ ਮਹਿਕਮੇ ਦੇ ਜਿਹੜੇ ਅਫਸਰ ਤੇ ਮੁਲਾਜ਼ਮ ਹੁੰਦੇ ਆ ਉਹ ਰਲ ਮਿਲ ਕੇ ਕੰਮ ਕਰਾਂਦੇ ਆ ਤੇ ਜਿਹੜਾ ਕੁਐਸਚਨ ਇਹ ਹੈ ਕਿ ਆਪਾਂ ਕਿਸ ਤਰ੍ਹਾਂ ਸਭ ਨੂੰ ਸਟਰੀਮ ਲਾਈਨ ਕਰਦੇ ਇਸ ਵਰਕ ਨੂੰ ਕਿਦਾਂ ਸਮਝਾਉਂਦੇ ਆ ਤੇ ਐਕਸਟੈਂਸਿਵ ਟ੍ਰੇਨਿੰਗ ਪ੍ਰੋਗਰਾਮ ਹੁੰਦੇ ਆ ਜਿਸ ਤਰ੍ਹਾਂ ਈਸੀਆਈ ਵੀ ਕਰਾਂਦੀ ਹੈ ਤੇ ਉਹਨਾਂ ਦੇ ਵੀਡੀਓਜ਼ ਵਗੈਰਾ ਵੀ ਹੁੰਦੇ ਆ ਤੇ ਉਸ ਦੇ ਨਾਲ ਨਾਲ ਜਿਹੜਾ ਡਿਸਟ੍ਰਿਕਟ ਜ਼ਿਲ੍ਹਾ ਹਰ ਇਹ ਜ਼ਿਲ੍ਹਾ ਪੱਧਰ ਤੇ ਵੀ ਕੰਮ ਚੱਲਦਾ ਹੈ ਤੇ ਸਟੇਟ ਪੱਧਰ ਤੇ ਵੀ ਚੱਲਦਾ ਹੈ ਤੇ ਸਟੇਟ ਪੱਧਰ ਤੇ ਰੈਗੂਲਰ ਕਨੈਕਟਰ ਆਂਦਾ ਸੀਓ ਸਾਹਿਬ ਵੀ ਵੀਸੀ ਲੈਂਦੇ ਆ ਤੇ ਉਹਨਾਂ ਦਾ ਪੂਰਾ ਡਿਪਾਰਟਮੈਂਟ ਵੀਸੀ ਆ ਲੈੰਦੇ ਰਹਿੰਦਾ ਹੈ ਹਰ ਇਟਸ ਆਨ ਅ ਵੈਰੀ ਫ੍ਰੀਕੁਐਂਟ ਬੇਸਿਸ ਤੇ ਨਾਲ ਜ਼ਿਲ੍ਹਾ ਪੱਧਰ ਤੇ ਵੀ ਇਹ ਕੰਮ ਚੱਲਦਾ ਰਹਿੰਦਾ ਐਵਰੀ ਸੰਡੇ ਐਵਰੀ ਸੈਟਰਡੇ ਵਗਰੇ ਵਗਰੇ ਪੱਧਰ ਦੀ ਟ੍ਰੇਨਿੰਗ ਹੁੰਦੀ ਹੈ ਜਿਸ ਤਰ੍ਹਾਂ ਇੱਕ ਸੈਟਰਡੇ ਦੀ ਬੀਐਲਓ ਦੀ ਟ੍ਰੇਨਿੰਗ ਆਪਾਂ ਰੱਖ ਲੈਣੇ ਆ ਇੱਕ ਸੈਟਰਡੇ ਹੁਣ ਪ੍ਰੈਜ਼ਾਈਡਿੰਗ ਅਫਸਰਾਂ ਦੀ ਟ੍ਰੇਨਿੰਗ ਹੁੰਦੀ ਰਹਿੰਦੀ ਹੈ ਤੇ ਇਸ ਦੇ ਨਾਲ-ਨਾਲ ਮਤਲਬ ਜਿੱਦਾਂ ਆਪਾਂ ਟ੍ਰੇਨਿੰਗ ਇਲੈਕਸ਼ਨ ਕਿੱਦਾਂ ਕਰਾਣੇ ਵਾਲੀ ਟ੍ਰੇਨਿੰਗ ਤੇ ਚੱਲਦੀ ਰਹਿੰਦੀ ਹੈ ਤੇ ਨਾਲ ਇਸ ਵਾਰ ਜਿਸ ਤਰ੍ਹਾਂ ਕੋਵਿਡ ਹੋ ਗਿਆ ਕੋਵਿਡ ਦਾ ਸਮਾ ਚੱਲ ਰਿਹਾ ਆਪਾਂ ਵੈਕਸੀਨੇਸ਼ਨ ਤੇ ਵੀ ਕਰ ਰਹੇ ਆ ਤੇ ਜਿਹੜੇ ਨਵੇਂ ਪ੍ਰੋਸੀਜਰ ਆ ਗਏ ਆ ਕਿ ਕਿੱਦਾਂ ਥਰਮਲ ਸਕੈਨਿੰਗ ਕਰਨੀ ਹੈ ਆਸ਼ਾ ਵਰਕਰਾਂ ਨੂੰ ਕਿੱਦਾਂ ਆਪਾਂ ਡੈਪਿਊਟ ਕਰਨਾ ਹੈ ਉੱਥੇ ਤੇ ਇਸ ਤਰ੍ਹਾਂ ਦੀ ਵੀ ਟ੍ਰੇ ਦੇਖੇ ਦਿੱਕਤ ਤਾਂ ਮੈਨੂੰ ਲੱਗਦਾ ਹੈ ਕਿ ਆਪਣਾ ਇੰਨਾ ਵਧੀਆ ਮੁਲਾਜ਼ਮਾ ਦਾ ਸਟਾਫ ਆ ਇੰਨੇ ਵਧੀਆ ਆਪਣੇ ਆਪਸਰ ਨੇ ਆਈ ਥਿੰਕ एवरीवन ਇਜ਼ ਟ੍ਰੇਨੇਬਲ ਤੇ ਆਪਾਂ ਇੰਨਾ ਇੰਨਾ ਇੰਨੇ ਸਾਡੇ ਉਪਰਾਲੇ ਰਹਿੰਦੇ ਟ੍ਰੇਨਿੰਗ ਦੇ ਵਿੱਚ ਦੇਰ ਇਸ ਆਲਵੇਜ਼ ਸਕੋਪ ਫॉर ਇੰਪਰੂਵਮੈਂਟ ਬਟ ਅਸੀਂ ਹਮੇਸ਼ਾ ਟਰਾਈ ਕਰਦੇ ਹਾਂ ਕਿ ਦੇਖੋ ਸਭ ਨੂੰ ਟ੍ਰੇਨ ਕਰੀਏ ਤੇ ਤਾਂ ਇਲੈਕਟਿਨਾਂ ਲੈ ਚਿੰਤ ਲਾਇਆ ਚੋਣ ਕਮਿਸ਼ਨ ਬੜੇ ਐਫਰਟਸ ਕਰਦਾ ਹੈ ਜੇ ਗੱਲ ਕਰੀਏ ਸਰਜੀਤ ਲਾਲ ਜੀ ਬਹੁਤ ਕੁਝ ਕਰਦਾ ਹੈ ਇਹ ਮੈਂ ਤੁਹਾਡੇ ਕੋਲ ਬਾਅਦ ਚ ਪੁੱਛਾਂਗਾ ਵੀ ਫੇਰ ਵੀ ਸਾਡੀ ਜਿਹੜੀ ਹੈ ਉਹ ਟਰਨ ਆਊਟ ਕਿਉਂ ਰਹਿ ਘੱਟ ਰਹਿ ਜਾਂਦੀ ਹੈ ਅਸੀਂ 65 70 ਤੱਕ 72 75 ਤੱਕ ਕਿਉਂ ਸੀਮਤ ਰਹਿੰਦੀ ਹੈ ਮੈਂ ਪਹਿਲੇ ਪੁੱਛਣਾ ਤੁਹਾਡੇ ਕੋਲ ਇਹ ਚਾਹਾਂਗਾ ਵੀ ਇਹਦਾ ਪੂਰਾ ਸੈਟਅਪ ਕੀ ਹੈ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਫਿਰ ਉਸ ਤੋਂ ਬਾਅਦ ਕੀ ਡਿਸਟ੍ਰਿਕਟ ਲੈਵਲ ਤੇ ਸੈਟਅਪ ਕਿਸ ਤਰ੍ਹਾਂ ਬਣਾਇਆ ਹੁੰਦਾ ਹੈ ਦੇਖੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਪੂਰੀ ਇੰਡੀਆ ਨੂੰ ਜਿਹੜਾ ਆ ਉਹ ਰੈਗੂਲੇਟ ਕਰ ਇਲੈਕਸ਼ਨ ਹੋਵੇ ਉਸ ਤੋਂ ਬਾਅਦ ਜਿਹੜਾ ਹੈ ਸਟੇਟ ਦੇ ਵਿੱਚ ਇੱਕ ਚੀਫ ਇਲੈਕਟਰਲ ਅਫੀਸਰ ਜਿਹੜਾ ਡੈਜ਼ਿਗਨੇਟ ਕੀਤਾ ਗਿਆ ਉਸ ਤੋਂ ਬਾਅਦ ਫਿਰ ਡਿਸਟ੍ਰਿਕਟ ਲੈਵਲ ਤੇ ਡਿਸਟ੍ਰਿਕਟ ਇਲੈਕਸ਼ਨ ਅਫੀਸਰ ਮਾਨਯੋਗ ਡੀਸੀ ਸਾਹਿਬ ਹੁੰਦੇ ਆ ਉਸ ਤੋਂ ਡੀਸੀ ਸਾਹਿਬ ਦੀ ਇੱਕ ਬਹੁਤ ਵੱਡੀ ਜਿਹੜੀ ਇੱਕ ਟੀਮ ਹੁੰਦੀ ਹੈ ਜਿਹੜੀ ਇਸ ਪੂਰੇ ਪ੍ਰੋਗਰਾਮ ਨੂੰ ਜਿਹੜਾ ਸਕਸੈਸਫੁਲੀ ਜਿਹੜਾ ਅੰਜਾਮ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰਦੀ ਆ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਫਿਰ ਉਸ ਤੋਂ ਬਾਅਦ ਆਰਓ ਲੈਵਲ ਦੀ ਆ ਜਾਂਦੀ ਆ ਆਰਓ ਲੈਵਲ ਤੋਂ ਸੈਕਟਰ ਅਫੀਸਰ ਆ ਜਾਂਦੇ ਆ ਫਿਰ نیچے ਸਭ ਤੋਂ ਜਿਹੜਾ ਆ ਪਬਲਿਕ ਦੇ ਬਿਲਕੁਲ ਨੇੜੇ ਆ ਸਾਡਾ ਆਪਣੇ ਇਲੈਕਸ਼ਨ ਕਮਿਸ਼ਨਰ ਦਾ ਇੱਕ ਰਿਪਰੈਜ਼ੈਂਟੇਟਿਵ ਬੈਠਾ ਹੋਇਆ ਉਹ ਹੈ ਸਾਡਾ ਬੂਥ ਲੈਵਲ ਅਫੀਸਰ ਜਿਹੜਾ ਕਿਸ ਪਬਲਿਕ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਪੰਜਾਬ ਦੇ ਨਾਲ ਇੰਡੀਆ ਦੇ ਨਾਲ ਪੂਰੇ ਲਿੰਕ ਕਰਨ ਦੇ ਵਿੱਚ ਇੱਕ ਜਿਹੜੀ ਹੈ ਬਹੁਤ ਮਦਦ ਕਰਦਾ ਮਤਲਬ ਉੱਪਰ ਤੋਂ ਲੈ ਕੇ ਥੱਲੇ ਤੱਕ ਇੱਕ ਪੂਰੀ ਕੜੀ ਹੈ ਜਿਸ ਕੜੀ ਨੂੰ ਤੁਸੀਂ ਜਿਹੜਾ ਹੈ ਜੋੜ ਕੇ ਰੱਖਦੇ ਹੋ ਤਾਂ ਕੇਰ ਵੱਧ ਤੋਂ ਵੱਧ ਲੋਕ ਜਿਹੜੇ ਜਾਗਰੂਕ ਹੋ ਸਕਣ ਜਾਗਰੂਕਤਾ ਦਾ ਸ਼ਾਇਦ ਦੂਸਰਾ ਨਾ ਤੁਸੀਂ ਸਵੀਪ ਰੱਖਿਆ ਹੋਇਆ ਹੈ ਵੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹੈ ਉਹ ਬੂਥ ਤੱਕ ਲੈ ਕੇ ਆਣਾ ਹੈ ਵੀ ਆਪਣੀ ਵੋਟ ਇੱਕ ਹੋਰ ਸ਼ਮੀ ਜੀ ਮੈਂ ਇਸ ਦੇ ਵਿੱਚ ਐਡ ਕਰਨਾ ਚਾਹੁੰਦਾ ਜਦੋਂ ਕੋਈ ਵੀ ਪ੍ਰੋਗਰਾਮ ਜਾਗਰੂਕਤਾ ਸੰਬੰਧੀ ਹੁੰਦਾ ਨਾ ਉਸ ਦੇ ਵਿੱਚ ਜਿਹੜਾ ਯੂਥ ਹੈ ਨਾ ਉਹਦੀ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਆ ਬੇਸ਼ੱਕ ਕੋਈ ਵੀ ਪ੍ਰੋਗਰਾਮ ਆਪਾਂ ਜਾਗਰੂਕਤਾ ਦੇ ਲੈ ਲਈਏ ਇਸ ਦੇ ਵਿੱਚ ਜਿਹੜਾ ਸਵੀ ਪ੍ਰੋਗਰਾਮ ਆ ਇਹਦੇ ਵਿੱਚ ਵੀ ਅਸੀਂ ਜਿਹੜੀ ਆ ਯੂਥ ਆ ਉਹਨੂੰ ਨਾਲ ਲੈ ਕੇ ਚੱਲ ਰਹੇ ਹਾਂ ਕਿਉਂਕਿ ਯੂਥ ਜਿਹੜੀ ਆ ਉਹਨਾਂ ਦੇ ਕੋਲ એનર્ਜੀ ਵੀ ਆ ਨਵੇਂ ਆਈਡੀਆਜ਼ ਵੀ ਹੈ ਉਸ ਨਿਊ ਆਈਡੀਆਜ਼ ਤੇ ਨਿਊ એનર્ਜੀ ਦੇ ਨਾਲ ਜਦੋਂ ਅਸੀਂ ਪਬਲਿਕ ਤੱਕ ਜਾਂਦੇ ਆ ਤਾਂ ਸਾਡਾ ਹਰ ਪ੍ਰੋਗਰਾਮ ਜਿਹੜਾ ਜਾਗਰੂਕਤਾ ਬੇਸ਼ੱਕ ਉਹ ਵੋਟਰ ਜਾਗਰੂਕਤਾ ਹੋਵੇ ਬਹੁਤ ਸਕਸੈਸਫੁਲ ਲੈਵਲ ਤੇ ਜਿਹੜਾ ਪਹੁੰਚ ਜਾਂਦਾ ਆਪਾਂ ਹੋਰ ਗੱਲਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਲੇਕਿਨ ਸਭ ਤੋਂ ਪਹਿਲਾਂ ਦੋਸਤੋ ਸਾਡੇ ਕੋਲ ਕੁਝ ਚੀਫ ਇਲੈਕਸ਼ਨ ਕਮਿਸ਼ਨਰ ਵੱਲੋਂ ਸਲੋਗਨਸ ਜਿਹੜੇ ਆ ਉਹ ਮਿਲੇ ਆ ਅਸੀਂ ਆਪਣੇ ਦਰਸ਼ਕਾਂ ਨਾਲ ਉਹ ਸਲੋਗਨ ਜਰੂਰ ਸਾਂਝੇ ਕਰਨਾ ਚਾਹੁੰਦੇ ਹਾਂ ਦੇਖਦੇ ਹਾਂ ਉਹ ਸਲੋਗਨਸ ਮੇਰੀ ਸਮਝ ਲਓ ਮੈਂ ਅੱਖਾਂ ਬਾਰੰਬਾਰ ਇੱਕ ਗੱਲ ਮੇਰੀ ਸਮਝ ਲਓ ਮੈਂ ਅੱਖਾਂ ਬਾਰੰਬਾਰ ਵੋਟ ਪਾਉਣੇ तंत्र लोगों का ये मंत्र लेगा हिंदुस्तान प्रवास घर तू समझ ले ये राज तेरा वोट तेरी आवाज तेरा वोट तेरी आवाज मेरा वोट मेरी आवाज तेरा वोट तेरी आवाज एक ही तरीका बस एक ही स्वराज बोल तेरा वोट तेरी आवाज मेरा वोट मेरी आवाज राइट टू वोट चल वन में अपना देश कर दूर सारे घोट तेरा वोट वोट तेरी आवाज मेरा वोट मेरी आवाज तेरे काम बोलते हैं तो आ, चल मिल के आके देश को तो उठा सुबर नानना मेरा वोट तेरा वोट तेरी आवाज मेरा वोट मेरी आवाज मेरा वोट मेरी आवाज तेरा वोट तेरी आवाज ਸਾਰੇ ਦੇ ਨਾਗਰਿਕ ਲੋਕਤੰਤਰ ਵਿੱਚ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਪੂਰਾ ਵਿਸ਼ਵਾਸ ਰੱਖਦੇ ਹੋਏ ਇਹ ਪ੍ਰਣ ਕਰਦੇ ਹਾਂ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਇਹ ਅਸੀਂ ਆਪਣੇ ਦੇਸ਼ ਦੀਆਂ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਲੋਕਤੰਤਰੀ ਪਰੰਪਰਾਵਾਂ ਕਾਇਮ ਰੱਖਦੇ ਹੋਏ ਕਾਇਮ ਰੱਖਦੇ ਹੋਏ ਸੰਤੰਤਰ ਸੰਤੰਤਰ ਨਿਰਪੱਖ ਸਿਰਫ ਪਾਕ অতি ਸ਼ਾਂਤੀ ਮਈ অতি ਸ਼ਾਂਤ ਮਈ ਜੋਨਾ ਦੇ ਮਾਨ ਨੂੰ ਜੋਨਾ ਦੇ ਮਾਨ ਨੂੰ ਬਰਕਰਾਰ ਰੱਖਦੇ ਹੋਏ ਬਰਕਰਾਰ ਰੱਖਦੇ ਹੋਏ ਲੀਡਰ ਹੋ ਕੇ ਲੀਡਰ ਹੋ ਕੇ ਧਰਮ ਧਰਮ ਜਾਤੀ ਜਾਤੀ ਭਾਈਚਾਰਾ ਭਾਈਚਾਰਾ ਭਾਸ਼ਾ ਭਾਸ਼ਾ ਜਾਂ ਹੋਰ ਕਿਸੇ ਜਾਂ ਹੋਰ ਕਿਸੇ ਵੀ ਲਾਲਚ ਦੇ ਲਾਲਚ ਦੇ ਪ੍ਰਭਾਵ ਤੋਂ ਬਿਨਾ ਪ੍ਰਭਾਵ ਤੋਂ ਬਿਨਾ ਆਪਣੀ ਵੋਟ ਦਾ ਆਪਣੀ ਵੋਟ ਦਾ ਇਸਤੇਮਾਲ ਕਰਾਂਗੇ ਇਸਤੇਮਾਲ ਕਰਾਂਗੇ ਜੈ ਹਿੰਦ ਜੈ ਹਿੰਦ ਜੈ ਜਾਗ ਜਗਨ ਕਰੋ ਚੋਣਾ ਦੀ ਤਿਆਰੀ ਇਹ ਹੈ ਸਭ ਦੀ ਜ਼ਿੰਮੇਵਾਰੀ ਤੁਹਾਡੀ ਵੋਟ ਹੀ ਤੁਹਾਡੀ ਆਵਾਜ਼ ਹੈ ਵੋਟ ਪਾਉਣ ਜਾਣਾ ਹੈ ਆਪਣਾ ਫਰਜ਼ ਨਿਭਾਉਣਾ ਹੈ ਲੋਕਤੰਤਰ ਚ ਹਿੱਸੇਦਾਰੀ ਸਭ ਦੀ ਹੈ ਜ਼ਿੰਮੇਵਾਰੀ ਔਰਤਾ ਬੁੱਢੇ ਤੇ ਜਵਾਨ ਸਾਰੇ ਹੀ ਕਰੋ ਮਤਦਾਨ ਸੋ ਦੋਸਤੋ ਇਹ ਸਾਨੂੰ ਸਲੋਗਨਸ ਜਿਹੜੇ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਨੇ ਤੁਸੀਂ ਦੇਖਿਆ ਵੀ ਉਹਨਾਂ ਨੇ ਹਰ ਹਰ ਜਗ੍ਹਾ ਦੇ ਉੱਤੇ ਆਪਣੀ ਵੋਟ ਪਾਉਣ ਦੇ ਲਈ ਹੀ ਜਾਗਰੂਕ ਕੀਤਾ ਹੈ ਕਿਆ ਵੀ ਗਿਆ ਹੈ ਕਿ ਮੇਰੀ ਵੋਟ ਮੇਰੀ ਆਵਾਜ਼ ਮੇਰੀ ਵੋਟ ਮੇਰੀ ਆਵਾਜ਼ ਤਾਂ ਹੀ ਬਣਦੀ ਹੈ ਦੋਸਤੋ ਅਸੀਂ ਜਾਣਦੇ ਹਾਂ ਕਿ ਵੋਟ ਪਾੜ ਨਾਲ ਅਸੀਂ ਇੱਕ ਅਜਿਹੀ ਸਰਕਾਰ ਚੁਣਦੇ ਹਾਂ ਜਿਹੜੀ ਬਹੁਤ ਸਾਰੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਬਹੁਤ ਸਾਰੀਆਂ ਨੀਤੀਆਂ ਨੂੰ ਲੈ ਕੇ ਸਾਡੇ ਉੱਤੇ 5 ਸਾਲ ਪ੍ਰਸ਼ਾਸਨ ਦੁਆਰਾ ਰਾਜ ਕਰਦੀ ਹੈ ਤੇ ਫਿਰ ਬਹੁਤ ਸਾਰੀਆਂ ਸਾਨੂੰ ਚੀਜ਼ਾਂ ਵੀ ਜਿਹੜੀ ਹੈ ਉਮਹਈਆ ਕਰਾਂਦੀਆਂ ਨੇ ਮਹਈਆ ਕਰਾਣ ਦਾ ਹੱਕ ਉਹਨਾਂ ਨੂੰ ਅਸੀਂ ਦਿੱਤਾ ਹੈ ਆਪਣੀ ਵੋਟ ਦੇ ਜ਼ਰੀਏ ਤੇ ਸਾਨੂੰ ਹੱਕ ਮੰਗਣ ਦਾ ਵੀ ਤਾਂ ਹੀ ਹੈ ਜੋ ਸਾਨੂੰ ਅੱਜ ਕਿਹਾ ਜਾਂਦਾ ਹੈ ਵੀ ਲੋਜੀ ਗੈਸ ਦੀ ਸਬਸਿਡੀ ਦੇ ਦਿੱਤੀ ਜੋ ਕਿਹਾ ਜਾਂਦਾ ਹੈ ਰਾਸ਼ਨ ਦਾ ਫਰੀ ਦੇ ਦਿੱਤਾ ਬਿਜਲੀ ਫਰੀ ਦੇ ਦਿੱਤੀ ਪਾਣੀ ਫਰੀ ਦੇ ਦਿੱਤਾ ਸਾਨੂੰ ਨਹੀਂ ਮਿਲਿਆ ਸਾਨੂੰ ਨਹੀਂ ਮਿਲਿਆ ਅਸੀਂ ਮੰਗ ਤਾਂ ਤਾਂ ਹੀ ਸਕਦੇ ਹਾਂ ਨਾ ਜੇ ਅਸੀਂ ਜਾ ਕੇ ਬੂਥ ਦੇ ਉੱਤੇ ਆਪਣੀ ਵੋਟ ਪੋਲ ਕੀਤੀ ਹੋਏਗੀ ਵੋਟ ਪੋਲ ਕਰਨਾ ਸਾਡਾ ਅਧਿਕਾਰ ਹੈ ਸਾਡਾ ਹੱਕ ਹੈ ਔਰ ਸਾਨੂੰ ਇਹ ਲੋਕਤੰਤ੍ਰਿਕ ਤਰੀਕੇ ਦੇ ਨਾਲ ਸਾਡੇ ਭਾਰਤ ਦੇ ਸੰਵਿਧਾਨ ਨੇ ਦਿੱਤਾ ਹੋਇਆ ਹੈ ਇਸ ਲਈ ਅਸੀਂ ਜ਼ਰੂਰ ਕਰਨਾ ਹੈ ਕਿਉਂਕਿ ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਮੇਰੀ ਮੇਰਾ ਪ੍ਰਸ਼ਨ ਸੀ ਅਗਲਾ ਸਰਜੀਤ ਲਾਲ ਜੀ ਕੋਲ ਕਿਉਂਕਿ ਅਸੀਂ ਅਕਸਰ ਦੇਖਦੇ ਆ ਕਿ ਸਾਡੇ ਜਿੱਥੇ ਵੀ ਵੋਟ ਪੈਂਦੀ ਹੈ ਅਸੀਂ ਉਹਦੀ ਅਗਰ ਐਵਰੇਜ ਗਿਣਦੇ ਆ ਤਾਂ ਉਹ ਸਿਰਫ ਰਹਿ ਜਾਂਦੀ ਹੈ 55% ਐਮਪੀ ਦਾ ਜਦੋਂ ਇਲੈਕਸ਼ਨ ਹੁੰਦੇ 55% ਤੱਕ ਹੀ ਰਹਿ ਜਾਂਦੀ ਹੈ 60 65% ਅਸੀਂ ਵਿਧਾਨ ਸਭਾ ਦੀ ਗੱਲ ਕਰਾਂਗੇ ਤਾਂ ਇੰਨੀ ਹੀ ਰਹਿ ਜਾਂਦੀ ਹੈ ਆਖਿਰ ਜਾਗਰੂਕਤਾ ਦੀ ਕਮੀ ਹੈ ਅਨਪੜਤਾ ਹੈ ਜਾਂ ਇਸ ਨੂੰ ਕੀ ਕਾਰਨ ਮੰਨਿਆ ਜਾ ਸਕਦਾ ਸਦੀਪ ਲਾਗ ਏ ਵੋਟ ਪਰਸੈਂਟੇਜ ਜਿਹੜੀ ਕਟ ਰਹੀ ਦੀ ਹੈ ਸ਼ਮੀ ਜੀ ਇਹਦੇ ਪਿੱਛੇ ਨਾ ਕਈ ਕਾਰਨ ਹੈ ਜੇ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਹਜੇ ਬਹੁਤ ਸਾਰੀ ਪਾਪੂਲੇਸ਼ਨ ਸਾਡੀ ਇਹ ਕਹ ਲੋ ਕਿ ਸਾਈਜ਼ ਤਰ੍ਹਾਂ ਦਾ ਹੈ ਜਿਹਨੂੰ ਐਜੂਕੇਟ ਕਰਨ ਦੀ ਜ਼ਰੂਰਤ ਹੈ ਕਿ ਵਾਟ ਇਜ਼ ਦ ਇੰਪੋਰਟੈਂਸ ਆਫ ਦ ਵੋਟਰ ਬਈ ਵੋਟ ਦੇ ਨਾਲ ਕਿਸ ਤਰ੍ਹਾਂ ਆਪਾਂ ਜਿਹੜੀ ਇੱਕ ਵਧੀਆ ਸਰਕਾਰ ਚੁਣ ਸਕਦੇ ਹਾਂ ਵਧੀਆ ਸਰਕਾਰ ਜਿਹੜੀ ਆ ਸਾਡੇ ਲਈ ਕਿਸ ਤਰ੍ਹਾਂ ਜਿਹੜਾ ਇੱਕ ਵਧੀਆ ਅਰੇਂਜਮੈਂਟ ਕਰ ਸਕਦੀ ਆ ਇਹ ਸਾਰਾ ਹੀ ਜਿਹੜਾ ਕੰਮ ਆ ਅਸੀਂ ਸਵੀਪ ਤਹਿਤ ਜਿਹੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਵੋਟ ਪਰਸੈਂਟੇਜ ਜਿਹੜੀ ਆ ਉਹਨੂੰ ਇਨਕਰੀਜ਼ ਕੀਤਾ ਜਾ ਸਕੇ ਤੁਸੀਂ ਕੁਝ ਕਹਿਣਾ ਚਾਹੋਗੇ ਸਵਾਲ ਹਾਂ ਬਿਲਕੁਲ ਜੀ ਫਾਈ ਮੈਂ ਐਡ ਮੈਨੂੰ ਲੱਗਦਾ ਹੈ ਕਿ ਦੇਖੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਆਪਣੀ ਪਰਸੈਂਟੇਜ 70% ਤੱਕ ਰਹਿ ਜਾਂਦੀ ਹੈ ਜੀ ਐਂਡ ਆਈ ਆਲਸੋ ਮੈਂਸ਼ਨ ਕੀਤਾ 18 ਟੂ 30 ਵਾਲੇ ਜਿਹੜੀ ਇੱਕ ਗਰੁੱਪ ਆ ਜਿਹੜਾ ਘੱਟ ਵੋਟ ਕਰਦਾ ਹੈ ਆਈ ਥਿੰਕ ਉਹਦਾ ਸਭ ਤੋਂ ਮੁੱਖ ਕਾਰਨ ਇਹ ਰਹਿੰਦਾ ਹੈ ਕਿ ਦੇ ਡੋਨਟ ਫੀਲ ਪਾਰਟ ਆਫ 댓 ਸਿਸਟਮ ਇਨ 댓 ਸੈਂਸ ਯੂ ਨਾ ਲੱਗਦਾ ਕਿ ਆਪਾਂ ਵੋਟ ਪਾ ਕੇ ਇਹਦਾ ਕੋਈ ਫਾਇਦਾ ਨਹੀਂ ਹੈ ਸਾਨੂੰ ਪਤਾ ਨਹੀਂ ਲੱਗਦਾ ਤੇ ਇਹ ਮੇਰੀ ਅਪੀਲ ਹੈ ਸਾਰੇ ਯੰਗ ਵੋਟਰਸ ਨੂੰ ਸਪੈਸ਼ਲੀ ਦਿਸ ਇਹ ਮੇਰੇ ਦਿਸ ਬੀਇੰਗ ਅ ਯੰਗ ਵੋਟਰ ਮੈਂ ਅ this is the most ਜਿਹਨੂੰ ਕਹਿੰਦੇ ਲੈਜਿਟ ਪੱਧਰ ਤੇ ਆਪਾਂ ਵੋਟ ਕਰੀਏ ਆਪਣੀ ਆਵਾਜ਼ ਅੱਗੇ ਤੱਕ ਪਹੁੰਚਾਈਏ ਜਿਸ ਤਰ੍ਹਾਂ ਤੁਸੀਂ ਵੀ ਮੈਂਸ਼ਨ ਕੀਤਾ ਕਿ ਆਪਾਂ ਇੱਕ ਵਿਕਾਸ ਵਾਲੀ ਸਰਕਾਰ ਚੁਣੀ ਹੈ ਅਤੇ ਜਿਹੜੀਆਂ ਸਕੀਮਾਂ ਦੇ ਜਿਹੜੇ ਜਿਹੜੇ ਆਪਣੇ ਹੱਕ ਨੇ ਜਿਹੜੇ ਆਪਾਂ ਮੰਗਦੇ ਆ ਉਹ ਉਹਨਾਂ ਹੱਕਾਂ ਨੂੰ ਮੰਗਣ ਦਾ ਸਭ ਤੋਂ ਜਿਹਨੂੰ ਕਹਿੰਦੇ ਲੈਜਿਟ ਫਾਰਮਲ ਐਕਸਪ੍ਰੈਸ਼ਨ ਹੈ ਵੋਟ ਕਰਨ ਦਾ ਵੋਟ ਕਰਨਾ ਵੋਟ ਦੇ ਨਾਲ ਲੋਕਤੰਤਰ ਲੋਕਤੰਤਰ ਤੁਹਾਡੇ ਮਰਮੋਡਿਆਂ ਤੇ ਹੀ ਡਿਪੈਂਡ ਕਰਦਾ ਹੈ ਤੁਹਾਡੇ ਵੋਟ ਦੇ ਰਾਈਟ ਤੇ ਡਿਪੈਂਡ ਕਰਦਾ ਹੈ ਤੇ ਮੇਰੀ ਅਪੀਲ ਹੈ ਕਿ ਸਾਰੇ ਯੰਗ ਵੋਟਰਸ ਵੋਟ ਕਰਨ ਇਸ ਚੋਣ ਨੂੰ ਵੱਤੋ ਦਾ ਇੱਕ ਮਹਾਤਿਵਾਰ ਬਣਾਉਣ ਕਦੇ ਇਹ ਨਾ ਸੋਚਣਾ ਦੋਸਤ ਕਿ ਮੇਰੀ ਇੱਕ ਵੋਟ ਨਾਲ ਕੀ ਫਰਕ ਪਏਗਾ ਇੱਕ ਇੱਕ ਵੋਟ ਦੇ ਨਾਲ ਬਹੁਤ ਫਰਕ ਪਏਗਾ ਅਗਰ ਚੰਗੀ ਸਰਕਾਰ ਚੋੜਨਾ ਚਾਹੁੰਦੇ ਹੋ ਤਾਂ ਵੋਟ ਪਾਣ ਲਈ ਜਰੂਰ ਜਿਹੜਾ ਹੈ ਬੂਥ ਤੱਕ ਹੁਣ 20 ਤਰੀਕ ਨੂੰ ਵੀ ਪੰਜਾਬੀਆਂ ਨੇ ਜਾਣਾ ਹੈ ਲੇਕਿਨ ਆਪਣੀ ਗੱਲ ਚੱਲ ਰਹੀ ਸੀਗੀ ਜਸਪੀ

ਕਾਫੀ ਕੁਝ ਤੁਸੀਂ ਆ ਜੁਥ ਲਈ ਤੁਸੀਂ ਕਹਿ ਦਿੱਤਾ ਸੀ ਕੀਤਾ ਆਮ ਜਿਹੜੇ ਲੋਕ ਨੇ ਵੋਟਰਸ ਨੇ ਉਹਨਾਂ ਲਈ ਤੁਸੀਂ ਕੀਤਾ ਉਹਨਾਂ ਨੂੰ ਜਾਗਰੂਕ ਕਰ ਰਹੇ ਹੋ ਬਹੁਤ ਸਾਰੇ ਸਲੋਗਨਸ ਬਣਾਏ ਗਏ ਨੇ ਬਹੁਤ ਸਾਰੇ ਥੀਮਸ ਜਿਹੜੇ ਆ ਉਹ ਆਏ ਨੇ ਅੱਗੇ ਨਿਕਲ ਕੇ ਲੇਕਿਨ ਇੱਕ ਤਬਕਾ ਸਾਡੇ ਵਿੱਚ ਹੈ ਸੀਨੀਅਰ ਸਿਟੀਜ਼ਨਸ ਦਾ ਤੇ ਆਪਾ ਪੀ ਡਬਲ ਯੂ ਡੀ ਜੀ ਨੂੰ ਕਰਨੇ ਹੈ ਹੈਂਡੀਕੈਪਸ ਵਗੈਰਾ ਦਿਵਿਆਂਗ ਜਿਹੜੇ ਹੈ ਇਹਨਾਂ ਲਈ ਕੁਝ ਸਪੈਸ਼ਲ ਕੀਤਾ ਜਾਂਦਾ ਹੈ ਇਹਨਾਂ ਨੂੰ ਅਗਰ ਕੀਤਾ ਜਾਂਦਾ ਹੈ ਤਾਂ ਕਿ ਇਹਨਾਂ ਤੱਕ ਉਹ ਗੱਲਾਂ ਪਹੁੰਚਾਈਆਂ ਜਾਂਦੀਆਂ ਨੇ ਕਿ ਇਹਨਾਂ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਸੀ ਜੀ ਦੇਖੀ ਇਹ ਇਹਦੇ ਲਈ ECI ਦੀ ਤਾਂ ਸਭ ਮਤਲਬ ਉੱਪਰਲੇ ਪੱਧਰ ਤੇ ਕੰਮ ਚੱਲ ਰਿਹਾ ਹੈ ਉਹਨਾਂ ਨੇ ਸਪੈਸ਼ਲੀ ਸਪੈਸ਼ਲੀ ਹਦਾਇਤ ਦਿੱਤੀ ਹੈ ਸਾਰੇ ਜ਼ਿਲ੍ਹੇ ਜ਼ਿਲ੍ਹਿਆਂ ਨੂੰ ਸੀਓ ਸਾਹਿਬ ਵੱਲੋਂ ਇਹ ਹਦਾਇਤ ਆਈ ਹੈ ਕਿ ਆਪਾਂ ਨੂੰ ਵੱਤਵ ਵਦ ਇਹਨਾਂ ਦੀ ਪਾਰਟਿਸਪੇਸ਼ਨ ਰੱਖਣੀ ਹੈ اسپੈਸ਼ਲੀ ਫॉर ਡਿਫਰੈਂਟਲੀ ਏਬਲ ਜਿਹੜੇ ਆਪਣੇ ਵੋਟਰਸ ਨੇ ਉਹਨਾਂ ਦੀ ਵੈਕਸੀਨੇਸ਼ਨ ਉਹਨਾਂ ਦੀ ਪਾਰਟਿਸਪੇਸ਼ਨ ਇਸ ਇਲੈਕਸ਼ਨਾਂ ਦੇ ਵਿੱਚ ਆਪਾਂ 100% ਤੱਕ ਪਹੁੰਚਾਣੀ ਹੈ ਤੇ ਇਹਦੇ ਲਈ ਵੱਖਰੇ ਵੱਖਰੇ ਉਪਰਾਲੇ ਚੱਲ ਰਹੇ ਨੇ ਸਭ ਤੋਂ ਪਹਿਲਾਂ ਆਇਡੈਂਟੀਫਾਈ ਕੀਤਾ ਗਿਆ ਹਰ ਜ਼ਿਲ੍ਹੇ ਦੇ ਵਿੱਚ ਕਿ ਕਿੰਨੇ ਕਿੰਨੇ ਇਹੋ ਜਿਹੇ ਵੋਟਰ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਸਪੈਸ਼ਲ ਲੀਡਸ ਦੀ ਲੋੜ ਹੋ ਸਕਦੀ ਹੈ ਸਾਰੇ ਬੂਥਾਂ ਤੇ ਇਸ ਐਫਆਈ ਮੈਂ ਐਡ ਇਸ ਸਾਲ ਦਾ ਜਿਹੜਾ ਆਪਣਾ ਵੋਟਰਸ ਡਾ ਆਪਾਂ 25 ਜਨਵਰੀ ਨੂੰ ਬਣਾਇਆ ਸੀਗਾ ਉਹਦਾ ਈਮ ਇਲੈਕਸ਼ਨ ਕਮਿਸ਼ਨ ਵੱਲੋਂ ਮੇਕਿੰਗ ਦਿਸ ਇਲੈਕਸ਼ਨ ਇਨਕਲੂਸਿਵ ਐਕसेसਿਬਲ ਐਂਡ ਪਾਰਟਿਸਪੇਟਿਵ ਰੱਖਿਆ ਸੀਗਾ ਤੇ ਇਸ ਦੇ ਵਿੱਚ ਜਿਹੜੀ ਜਿਹੜਾ ਥਾਟ ਸੀਗਾ ਇਹਦੇ ਵਿੱਚ ਪਿੱਛੇ ਕਿਛ ਮਗਰੋਂ ਇਹੋ ਹੀ ਸੀਗਾ ਕਿ ਜਿਹੜੇ ਐਡਲਟਰੀ ਵੋਟਰਸ ਨੇ 80 ਪਲਸ ਵਾਲੇ ਵੋਟਰਸ ਨੇ ਤੇ ਜਿਹੜੇ ਡਿਫਰੈਂਟਲੀ ਵੋਟਰਸ ਨੇ ਉਹਨਾਂ ਨੂੰ ਆਪਾਂ ਇਨ ਇਨ ਇਲੈਕਸ਼ਨਸ ਨੂੰ ਐਕਸੈਸਿਬਲ ਕਰਨਾ ਹੈ ਤੇ ਆਪਾਂ ਕਿਵੇਂ ਕਰਨਾ ਹੈ ਜ਼ਿਲ੍ਹਾ ਪੱਧਰ ਤੇ ਦੇਖੋ ਹਰ ਪੋਲਿੰਗ ਬੂਥ ਤੇ ਪਹਿਲਾਂ ਤਾਂ ਇਹ 아이ਡੈਂਟੀਫਾਈ ਕੀਤਾ ਗਿਆ ਕਿ ਕਿੰਨੇ ਕਿੰਨੇ ਵੋਟਰ ਨੇ ਜਿਸ ਤਰ੍ਹਾਂ ਜਲੰਧਰ ਦੇ ਵਿੱਚ 12000 ਦੇ ਕਰੀਬ ਅਰਾਊਂਡ ਆਮਾਰੇ ਸਪੈਸ਼ਲ ਡਿਫਰੈਂਟਲੀ ਅਵੇਲੇਬਲ ਵੋਟਰਸ ਨੇ ਤੇ ਉਹਨਾਂ ਲਈ व्हीलचेयर ਦੀ ਅਵੇਲੇਬਿਲਟੀ ਕਿੱਥੇ ਕਿੱਥੇ ਲਗਾਉਣੀ ਹੈ ਜੀ ਤੇ ਕਿੱਥੇ ਹਰ ਬੋਥ ਤੇ ਮੈਪ ਕੀਤਾ ਗਿਆ ਦੂਜਾ ਘਰੋਂ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਬੋਥ ਤੱਕ ਲੈ ਕੇ ਆਈਏ ਉਹਨਾਂ ਦੇ ਟ੍ਰਾਂਸਪੋਰਟ ਅਰੇਂਜਮੈਂਟ ਆਰੋ ਪੱਧਰ ਤੇ ਕਿੱਥੇ ਗਏ ਹੈ ਜੀ ਤੇ ਉਸ ਤੋਂ ਇਲਾਵਾ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਆਪਾਂ ਘਰੋਂ ਹੀ ਵੋਟ ਦੇਣਾ ਤੇ ਉਹਦੇ ਲਈ ਪੋਸਟਲ ਬੈਲਟਿੰਗ ਸਿਸਟਮ ਸ਼ੁਰੂ ਕੀਤਾ ਗਿਆ ਤੇ ਨਾਲ ਇੱਕ ਪੀਡਬਲਿਊਡੀ ਪੀਡਬਲਿਊਡੀ ਐਪ ਲਾਂਚ ਕੀਤਾ ਗਿਆ ਫॉर ਡਿਫਰੈਂਟਲੀ ਐਬਲਡ ਫॉर ਸਪੈਸ਼ਲੀ ਐਬਲਡ ਹਮਾਰੇ ਜਿਹੜੇ ਵੋਟਰ ਸਾਹਿਬਾਨ ਨੇ ਦੇ ਕੈਨ ਰਜਿਸਟਰ 온 दैट ਐਪ ਤੇ ਸਾਨੂੰ ਦੱਸ ਸਕਦੇ ਕਿ ਉਹ ਕਿਸ ਤਰ੍ਹਾਂ ਵੋਟ ਕਰਨਾ ਚਾਹੁੰਦੇ ਆ ਜੀ ਇਹਦਾ ਨਿਵੀ ਕਾਫੀ ਕੁਝ ਜਿਹੜਾ ਹੈ ਉਹ ਜੂਨ ਕਮਿਸ਼ਨ ਕਰਦਾ ਹੈ ਔਰ ਇਹਦੇ ਸਵੀਪ ਦੇ ਜ਼ਰੀਏ ਕਰਦਾ ਜੀ ਬਿਲਕੁਲ ਓਕੇ ਗੱਲ ਕਰਾਂਗੇ ਇਹਦੇ ਕੋਈ ਸਟੇਕ ਹোলਡਰਸ ਵੀ ਹੈ ਜੀ ਅ ਬਿਲਕੁਲ ਸਰ ਦੇਖੋ ਕੋਈ ਵੀ ਮੁਹਿੰਮ ਹੈ ਜਾਗਰੂਕਤਾ ਜੰਗੀ ਪੱਧਰ ਤੇ ਜਦੋਂ ਚਲਦੀ ਆ ਉਹਦੇ ਵਿੱਚ ਵੱਖ-ਵੱਖ ਜਿਹੜੀ ਆ ਸੈਗਮੈਂਟਸ ਆ ਉਹਨਾਂ ਨੂੰ ਇਨਵੋਲਵਮੈਂਟ ਉਹਨਾਂ ਦੀ ਹੁੰਦੀ ਆ ਜਿਸ ਤਰ੍ਹਾਂ ਹੁਣ ਸਵੀਪ ਪ੍ਰੋਗਰਾਮ ਹੀ ਆ ਇਹਦੇ ਵਿੱਚ ਅਸੀਂ ਐਨਸੀਸੀ ਤੇ ਐਨਐਸਐਸ ਦੇ ਤੇ ਨਹਿਰੂ ਯੁਵਾ ਕੇਂਦਰ ਇਹਨਾਂ ਦੇ ਸਾਰੇ ਵਲੰਟੀਅਰਸ ਅਸੀਂ ਜਿਹੜੇ ਆ ਇਨਵੋਲਵ ਕੀਤੇ ਹੋਏ ਆ ਜਿਸ ਤਰ੍ਹਾਂ ਸਰ ਹੁਣਾਂ ਨੇ ਗੱਲ ਕੀਤੀ ਹੈ ਨਾ ਕਿ ਜਿਹੜਾ ਪੀਡਬਲਯੂਡੀ ਆ ਜਾਂ ਸੀਨੀਅਰ ਸਿਟੀਜ਼ਨਸ ਆ ਉਹਨਾਂ ਨੂੰ ਵੋਟ ਪਾਉਣ ਦੇ ਲਈ ਲੈ ਕੇ ਆਉਣਾ ਆ ਉਹਨਾਂ ਨੂੰ ਘਰ ਛੱਡ ਕੇ ਆਉਣਾ ਆ ਉਹ ਸਾਰੇ ਸਿਸਟਮ ਦੇ ਲਈ ਅਸੀਂ ਜਿਹੜਾ ਆ ਹਰ ਬੂਥ ਤੇ ਇੱਕ ਚੋਣ ਮਿੱਤਰ ਜਿਹੜੇ ਆ ਸਰੋਨਾ ਦੀ ਅਗਵਾਈ ਦੇ ਵਿੱਚ ਪੂਰੇ ਜਲੰਧਰ ਜ਼ਿਲ੍ਹੇ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਲਗਾ ਦਿੱਤੇ ਗਏ ਆ ਹਰ ਬੂਤੇ 10 ਵਲੰਟੀਅਰਸ ਉਹਨਾਂ 10 ਵਲੰਟੀਅਰ ਦਾ ਕੰਮ ਹੀ ਇਹ ਹੈ ਕਿ ਵੱਧ ਤੋਂ ਵੱਧ ਜਿਹੜੀ ਆ ਪੋ ਜਿਹੜੀ ਆ ਪੋਲਿੰਗ ਆ ਉਹਨੂੰ ਵਧਾਉਣਾ ਆ ਤਾਂ ਜੋ ਉੱਥੇ ਜਿਹੜਾ ਪੂਲ ਕਰਨ ਵੋਟ ਪਾਉਣ ਆਉਂਦਾ ਆ ਉਹਨੂੰ ਕੋਈ ਦਿੱਕਤ ਵੀ ਨਾ ਆਵੇ ਜੇ ਪੀ ਡਬਲਯੂ ਡੀ ਆ ਰਿਹਾ ਹੈ ਤਾਂ ਉਹਨੂੰ ਪ੍ਰੋਪਰਲੀ ਹੈਂਡਲ ਕਰਕੇ ਉਹਦੀ ਚੀ ਵੀਲ ਚੇਅਰ ਜਿਹੜੀ ਅੱਗੇ ਲੈ ਕੇ ਜਾਣੀ ਆ ਕੋਵਿਡ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਹੋਰ ਵੀ ਪਰਫਾਰਮ ਕਰਨੀਆਂ ਆ ਇੱਕ ਬਖਰਾ ਰੂਮ ਟਾਈਨ ਰੂਮ ਵੀ ਇਹ ਸੈੱਟ ਕਰਨਾ ਹੈ ਕਿ ਮੰਨ ਲਓ ਇੱਕ ভোটার ਆਉਂਦਾ ਆ ਉਹਦਾ ਟੈਂਪਰੇਚਰ ਜਦੋਂ ਚੈੱਕ ਕੀਤਾ ਜਾਂਦਾ ਜੇ ਲੱਗਦਾ ਕਿ ਥੋੜਾ ਜਿਹਾ ਹਾਈ ਆ ਤਾਂ ਉਹਦੇ ਲਈ ਸੈਪਰੇਟ ਜਿਹੜਾ ਆ ਇੱਕ ਇਨਕਲੋਜ਼ਰ ਤਿਆਰ ਕਰਨਾ ਬਹੁਤ ਜੰਗੀ ਪੱਧਰ ਤੇ ਜਿਹੜੀਆਂ ਤਿਆਰੀਆਂ ਇਸ ਵਾਰ ਨਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਆ ਉਹ ਕਰ ਰਿਹਾ ਆ ਤਾਂ ਜੋ ਕਿਸੇ ਨੂੰ ਵੀ ਵੋਟ ਪਾਉਣ ਬਿਲੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਨਾ ਆਵੇ ਇਹਦੇ ਵਿੱਚ ਕਾਫੀ ਤੁਸੀਂ ਜਿਹੜੇ ਹੈਗਾ ਸਟੇਕ ਹੋਲਡਰਸ ਆਪਣੇ ਨਾਲ ਜਿਹੜੇ ਜੋੜੇ ਆ ਤਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਲੋਕਾਂ ਨੂੰ ਪਹੁੰਚਾ ਸਕਣ ਲੋਕਾਂ ਤੱਕ ਆ ਸਕਣ ਜਾਂ ਤੁਹਾਡੇ ਨਾਲ ਮਿਲ ਕੇ ਜਿਹੜਾ ਇਹ ਕੰਮ ਕਰ ਸਕ ਗੱਲ ਹੋਰ ਕਰਨੀ ਚਾਹਗਾ ਤੁਹਾਡੇ ਨਾਲ ਬਈ ਜਿੱਥੇ ਤੁਸੀਂ ਪਬਲਿਕ ਤੇ ਸਿਵਲ ਸੋਸਾਇਟیز ਦੀ ਗੱਲ ਕੀਤੀ ਹੈ ਵੀ ਇਹਨਾਂ ਨੂੰ ਅਸੀਂ ਜਾਗਰੂਕ ਕਰਨੇ ਆ ਮੀਡੀਆ ਜਾਂ ਪੁਲਿਸ ਇਹ ਵੀ ਅੰਗ ਹੈ ਇਹਨਾਂ ਨੂੰ ਵੀ ਕੋਈ ਸਪੈਸ਼ਲ ਅਵੇਅਰਨੈਸ ਦਿੰਦੇ ਹੋ ਅ ਦੇਖਿਏ ਜੀ ਮੀਡੀਆ ਮੀਡੀਆ ਨਾਲ ਤਾਂ ਸਾਡਾ ਰابطਾ ਰਹਿੰਦਾ ਹੀ ਹੈ ਜਿਸ ਤਰ੍ਹਾਂ সুইਪ ਆਈ ਊਡ ਸੇ ਕਿ ਇਹ ਜਿਹੜਾ ਆਪਣਾ ਪ੍ਰੋਗਰਾਮ ਚੱਲ ਰਿਹਾ ਇਟਸ ਆਲਸੋ ਆ ਪਾਰਟ ਆਫ ਦੈਟ সুইਪ ਪ੍ਰੋਗਰਾਮ ਤੇ ਮੀਡੀਆ ਦੇ ਨਾਲ ਰੇਡੀਓਜ਼ ਦੇ ਨਾਲ ਆਪਾਂ ਪ੍ਰਿੰਟ ਮੀਡੀਆ ਦੀ ਗੱਲ ਹੋ ਗਈ ਹੈ ਤੇ ਜਿੰਨੇ ਵੀ ਆਪਾਂ ਉਪਰਾਲੇ ਕਰਦੇ ਆਂ ਦਾ ਪ੍ਰੋਪਰ ਪ੍ਰੈਸ ਨੋਟ ਆਪਾਂ ਜਾਰੀ ਕਰਦੇ ਆਂ ਕਿ ਆਪਾਂ ਕੀ ਕੀ ਉਪਰਾਲੇ ਕਰ ਰਹੇ ਨੇ ਤੇ ਇਹਦੇ ਨਾਲ ਇਨਸਟ੍ਰਕਟਿਵ ਆਪਾਂ ਬਹੁਤ ਕੰਟੈਂਟ ਜਨਰੇਟ ਕਰਦੇ ਆਂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਆਪਾਂ ਇੱਕ ਵੀਡੀਓ ਸੀਰੀਜ਼ ਵੀ ਲਾਂਚ ਕੀਤੀ ਹੈ ਗਈ ਕੀਤੀ ਗਈ ਹੈ ਇਸ ਤੇ ਨਾਲ ਮੈਂ ਕਹਿੰਦਾ ਮੀਡੀਆ ਦਾ ਇੱਕ ਪਾਰਟ ਆਈ ਊਡ ਸੇ ਵਾਲ ਪੇਂਟਿੰਗਸ ਵੀ ਆਪਾਂ ਕੰਸੀਡਰ ਕਰ ਸਕਦੇ ਆਂ ਜੇਕਰ ਤੁਸੀਂ ਦੇਖੋਗੇ ਜਲੰਧਰ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੀ 17 ਤੋਂ ਵੱਧ ਵਾਲ ਪੇਂਟਿੰਗ ਕੀਤੀਆਂ ਗਈਆਂ ਨੇ ਤੇ ਇਸ ਤਰ੍ਹਾਂ ਦੇ ਉਪਰਾਲੇ ਚੱਲਦੇ ਰਹਿੰਦੇ ਆਂ ਫਾਰ ਮੀਡੀਆ ਤੇ ਪੁਲਿਸ ਜਾਂਚਾ ਪੁਲਿਸ ਦੀ ਗੱਲ ਕਰ ਰਹੇ ਹੋ ਪੁਲਿਸ ਦੀ ਉਹ ਵੀ ਇਸ ਆਈ ਵੁੱਡ ਸੇ ਸਿਸਟਮ ਦਾ ਅੰਗ ਨੇ ਤੇ ਉਹਨਾਂ ਦੇ ਵੀ ਵੱਖਰੀ ਟ੍ਰੇਨ ਵੱਖਰੀ ਟ੍ਰੇਨਿੰਗ ਜਲਦੀ ਜਿੱਦਾਂ ਸਾਰਿਆਂ ਦੀ ਟ੍ਰੇਨਿੰਗ ਜਲਦੀ ਉਹਨਾਂ ਦੇ ਵੀ ਵੱਖਰੀ ਟ੍ਰੇਨਿੰਗ ਜਲਦੀ ਹੈ ਵੱਖਰੀ ਟ੍ਰੇਨਿੰਗ ਚੱਲਦੀ ਹੈ ਇੱਕ ਇਹਦੇ ਵਿੱਚ ਹੋਰ ਆ ਗਿਆ ਪੋਸਟਲ ਵੋਟਸ ਪੋਸਟਲ ਵੋਟਰਸ ਬਹੁਤ ਹੁੰਦੇ ਨੇ ਜਿਸ ਤਰ੍ਹਾਂ ਆਰਮੀ ਵਾਲੇ ਹੈਗੇ ਨੇ ਜਾਂ ਦੂਸਰੇ ਹੈਗੇ ਨੇ ਇਹਨਾਂ ਨੂੰ ਵੀ ਸਪੈਸ਼ਲੀ ਕੋਈ ਜਸਵੀਪ ਦੇ ਜ਼ਰੀਏ ਜਾਗਰੂਕ ਕੀਤਾ ਜਾਂਦਾ ਹੈ ਜੀ ਬਿਲਕੁਲ ਜਿਸ ਤਰ੍ਹਾਂ ਮੈਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਹੈ ਕਿ ਆਪਾਂ ਪਹਿਲਾਂ ਟਰੈਕ ਕਰਦੇ ਹਾਂ ਕਿ ਇਹੋ ਜੇ ਕਿੰਨੇ ਵੋਟ ਨੇ ਤੇ ਪੋਸਟਲ ਬੈਲਟ ਜਾਂ ਤਾਂ ਸਰਵਿਸ ਵੋਟਰ ਆਦਾ ਹੁੰਦਾ ਹੋ ਸਕਦਾ ਹੈ ਜਾਂ ਆਪਣਾ ਜਿਸ ਤਰ੍ਹਾਂ ਪੀ ਡਬਲਯੂ ਵੋਟਰਸ ਜਾਂ ਐਲਡਰਲੀ ਵੋਟਰਸ ਦੀ ਗੱਲ ਹੋ ਗਈ ਹੈ ਨਹੀਂ ਬਹੁਤ ਸਾਰੇ ਜਿਹੜੇ ਤੁਸੀਂ ਡਿਊਟੀ ਲਾਉਂਦੇ ਨਾ ਜਿਹੜੇ ਉੱਥੇ ਪੋਲਿੰਗ ਬੂਥਾਂ ਤੇ ਬੈਠੇ ਹੁੰਦੇ ਨੇ ਆਪਣੇ ਮਤਲਬ ਡਿਊਟੀ ਦੇ ਰਹੇ ਹੁੰਦੇ ਨੇ ਉਹ ਵੀ ਵਾਂਝੇ ਰਹਿ ਜਾਂਦੇ ਨੇ ਕਈ ਵਾਰ ਆਪਣੀ ਵੋਟ ਪਾਉਣ ਕਰਨ ਨੂੰ ਉਹਨਾਂ ਲਈ ਵੀ ਕੁਝ ਨਾ ਕੁਝ ਇੰਤਜ਼ਾਮ ਚੋਣ ਕਮਿਸ਼ਨ ਕਰ ਰਿਹਾ ਹੈ ਜਾਂ ਮਤਲਬ ਜਿਸ ਤਰ੍ਹਾਂ ਇਸ ਤਰ੍ਹਾਂ ਹੀ ਬਹੁਤ ਸਾਰੇ ਪੋਸਟਲ ਵੋਟ ਜਿਹੜੇ ਆ ਬਹੁਤ ਸਾਰੀ ਸਾਡੀ ਮਿਲਟਰੀ ਜਿਹੜੀ ਆ ਉਹ ਹੈਗੀ ਹੈ ਬਹੁਤ ਘੱਟ ਜਿਹੜੀ ਪੋਲ ਹੁੰਦੀ ਹੈ ਵੀ ਇੱਥੇ ਵੀ ਕਿਤੇ ਜਾਗਰੂਕਤਾ ਦੀ ਜ਼ਰੂਰਤ ਸਮਝਦੇ ਹੋ ਨਾ ਵੀ ਉਹਨਾਂ ਨੂੰ deal. ਜੀ ਜੀ ਦੇਖਿਓ ਮੈਂ ਤਾਂ ਇਹ ਮੰਡਾ ਦੇਖੋ ਜੇਕਰ ਜਿਹੜਾ ਬੰਦਾ ਵੋਟ ਕਰਾ ਰਿਹਾ ਹੈ ਉਹਨੋ ਦਾ ਸਭ ਤੋਂ ਸਭ ਤੋਂ ਪਹਿਲਾ ਉਹੀ ਜਾਗਰੂਕ ਹੈ ਤੇ ਇਹਦੇ ਲਈ ਚੋਣ ਕਮਿਸ਼ਨ ਨੇ ਸਰਵਿਸ ਵੋਟਰ ਜਿਹਨਾਂ ਨੂੰ ਪਰਪਰਟਿਕਲੀ ਸਰਵਿਸ ਵੋਟਰ ਕਹਿੰਦੇ ਜਿਹੜੇ ਦੂਜੇ ਸਟੇਟਸ ਤੇ ਪੋਸਟ ਹੁੰਦੇ ਆ ਜਿਹੜੇ ਅਫਸਰ ਉਹਨਾਂ ਨੂੰ ਬਾਏ ਇਲੈਕਟ੍ਰੋਨਿਕ ਈਟੀਪੀਬੀਐਸ ਜਿਹੜਾ ਸਿਸਟਮ ਹੈ ਕੁਝ ਕੁਝ ਪੜੇ ਲਿਖਿਆ ਤੁਸੀਂ ਸਮਝਦੇ ਆ ਵੀ ਪੜੇ ਲਿਖਿਆ ਤੱਕਾ ਜਿਹੜਾ ਹੈਗਾ ਖੁਦ ਹੀ ਸਮਝਦਾਰ ਹੁੰਦਾ ਹੈ ਉਹ ਪੜ੍ਹੇ ਸਮਝਦਾਰ ਹੁੰਦਾ ਹੈ ਗੱਲ ਕਰਾ ਅਖੀਰ ਦੇ ਵਿੱਚ ਥੋੜੀ ਜਿਹੀ ਬਈ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਤਿਆਰੀ ਕੀਤੀ ਗਈ ਹੈ ਇਸ ਵੱਲੋਂ ਸਵੀਪ ਵੱਲੋਂ ਜਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੁਸੀਂ ਕੀਤੀਆਂ ਸੀ ਵੀ ਵੱਧ ਤੋਂ ਵੱਧ ਵੋਟਰ ਜਿਹੜੇ ਆ ਉਹ ਜੁੜ ਸਕਦਾ ਦੇਖੋ ਤਿਆਰੀ ਤਾਂ ਸ਼ਮੀ ਜੀ ਹਰ ਵਾਰੀ ਜਿਹੜੀ ਹੈ ਨਾ ਬਹੁਤ ਜੰਗੀ ਪੱਧਰ ਤੇ ਕੀਤੀ ਜਾਂਦੀ ਹੈ ਹਰ ਵਾਰ ਨਵੀਆਂ ਐਕਟੀਵਿਟੀ ਜਿਹੜੀਆਂ ਲਾਂਚ ਕੀਤੀਆਂ ਜਾਂਦੀਆਂ ਇਸ ਵੇਲੇ ਥੋੜਾ ਜਿਹਾ ਕੋਵਿਡ ਨੂੰ ਦੇਖਦੇ ਹੋਏ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਹੋਰ ਵੱਖਰੀ ਕਿਸਮ ਦੀਆਂ ਜਿਹੜੀਆਂ ਤਿਆਰੀਆਂ ਕਰ ਰਹੀਆਂ ਆ ਕੀਤੀਆਂ ਜਾ ਰਹੀਆਂ ਆ ਜਿਸ ਤਰ੍ਹਾਂ ਪੀ ਡਬਲਯੂ ਡੀ ਦੀ ਗੱਲ ਕੀਤੀ ਸੀਨੀਅਰ ਸਿਟੀਜ਼ਨਸ ਦੀ ਗੱਲ ਕੀਤੀ ਆ ਇਹ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਸੈਟਅਪ ਤਿਆਰ ਕਰ ਦਿੱਤਾ ਜਿਹੜਾ ਆ ਇਸ ਵਾਰ ਜਿਹੜਾ ਹੈ ਨਹੀਂ ਰਹੂਗਾ ਵੋਟ ਪਾਉਣ ਤੋਂ 100% ਜਿਹੜੀ ਆ ਮੈਨੂੰ ਲੱਗਦਾ ਪੋਲ ਪਰਸੈਂਟੇਜ ਕਹਿ ਸਕਦੇ ਆ ਕਿ ਪਿਛਲੀਆਂ ਪੋਲਿੰਗਸ ਦੇ ਨਾਲੋਂ ਇਸ ਵਾਰ ਬੈਟਰ ਹੋਊਗੀ ਕੋਵਿਡ ਪੋਜ਼ਿਟਿਵ ਜਿਹੜਾ ਹੈਗਾ ਉਹ ਪੋਸਟਲ ਵੋਟ ਕਰ ਸਕੇਗਾ ਹਾਂ ਬਿਲਕੁਲ ਸਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਬਿਲਕੁਲ ਸੈਟਅਪ ਬਖਰਾਤੇ ਯਾਰ ਕਰ ਦਿੱਤਾ ਮੈਂ ਦੱਸਿਆ ਨਾ ਕਿ ਕੋਈ ਵੀ ਵੋਟਰ ਆਉਂਦਾ ਆ ਉਹਦਾ ਟੈਂਪਰੇਚਰ ਚੈੱਕ ਕੀਤਾ ਜਾਂਦਾ ਹੈ ਉਹਦੇ ਸਿੰਪਟਮਸ ਦੇਖੀ ਜਾਂਦੇ ਜੇ ਕੋ ਨੂੰ ਲੱਗਦਾ ਕਿ ਪੋਲਿੰਗ ਸਟਾਫ ਨੂੰ ਤੇ ਉਹਦੀ ਜਿਹੜੀ ਵੋਟ ਆ ਬਖਰੀ ਜਿਹੜੇ ਆ ਵੀ ਪੂਲ ਕਰਵਾ ਸਕਦੇ ਅਗਰ ਸ੍ਰੀ ਅਖੀਰ ਦੇ ਵਿੱਚ ਦਰਸ਼ਕਾਂ ਨੂੰ ਸਾਡਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੀ ਪੰਜਾਬੀ ਜ਼ਰੀਏ ਜੀ ਮੇਰਾ ਸੰਦੇਸ਼ ਮੇਰੇ ਇਹ ਤਾਂ ਇਹੋ ਹੀ ਹੈ ਕਿ ਦੇਖੋ ਇਹ ਜਿਹੜੀ ਚੌਣ ਚੌਣ ਦਾ ਜਿਹੜਾ ਸਮਾਂ ਹੁੰਦਾ ਹੈ ਉਹ ਲੋਕਾਂ ਦਾ ਸਭ ਤੋਂ ਵੱਡਾ ਤਿਉਹਾਰ ਹੁੰਦਾ ਹੈ ਤੇ ਆਪਾਂ ਇਹਨੂੰ ਇੱਕ ਤਿਉਹਾਰ ਹੀ ਮੰਨੀਏ ਤੇ ਇਹਦੇ ਵਿੱਚ ਆਪਾਂ ਵੱਧ ਤੋਂ ਵੱਧ ਮੈਕਸਿਮਮ ਪਾਰਟਿਸਪੇਸ਼ਨ ਕੀਜੀਏ ਤੇ ਦੂਜੀ ਗੱਲ ਇਹ ਹੈ ਕਿ ਦੇਖੋ ਵੋਟ ਪਾਉਣਾ ਇੱਕ ਜਿਹਨੂੰ ਕਹਿੰਦੇ ਬਹੁਤ ਨੋਬਲ ਇਟਸ ਅ ਬਰੀ ਨੋਬਲ ਐਕਟ ਤੇ ਇਹਨੂੰ ਆਪਾਂ ਬਹੁਤ ਐਥਿਕਲੀ ਵੋਟ ਪਾਉਣਾ ਹੈ ਵਿਦਾਊਟ ਐਨੀ ਫੇਅਰ অর ਫਰਵਰ ਕਿ ਆਪਾਂ ਇਹ ਨਹੀਂ ਸੋਚਣਾ ਕਿ ਕਿਹੜਾ ਬੰਦਾ ਸਾਨੂੰ ਪੈਸੇ ਦੇ ਰਿਹਾ ਵੋਟ ਪਾਉਣ ਦੇ ਲਈ ਜਾਂ ਹੋਰ ਕੋਈ ਤੁਹਾਨੂੰ ਲੱਗਦਾ ਫੇਵਰ ਦੇ ਰਿਹਾ ਹੈ ਫੋਰ 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 ਦੈਟ VOTING ਤੇ ਮੇਰੀ ਇਹ ਅਪੀਲ ਹੈ ਕਿ ਤੁਸੀਂ ਆਪਣਾ ਵੋਟ ਪਾਓ ਸੋਚ ਸਮਝ ਕੇ ਪਾਓ ਤੇ ਆਪਾਂ ਇਸ ਤਿਹਾਰ ਦੇ ਵਿੱਚ ਵੱਧ ਤੋਂ ਵੱਧ ਮੈਕਸਿਮਮ ਪਾਰਟਿਸਪੇਸ਼ਨ ਕਰਾਈਏ ਦੋਸਤੋ ਵੋਟ ਜਿਹੜੀ ਹੈ ਉਹ ਇੱਕ ਤਿਹਾਰ ਹੈ ਤਿਹਾਰ ਹੀ ਜੰਗ ਬਣ ਚੁੱਕਿਆ ਹੈ ਤੇ ਜੰਗ ਦੇ ਵਿੱਚ ਅਸੀਂ ਸਾਰੇ ਜਿਹੜੇ ਆ ਸ਼ਿਰਕਤ ਕਰ ਰਹੇ ਆ ਅਸੀਂ ਸਿਪਾਹੀ ਹੈਗੇ ਆ ਅਸੀਂ ਇੱਕ ਨਵੀਂ ਸਰਕਾਰ ਚੁਣਨੀ ਹੈ ਤੇ ਨਵੀਂ ਸਰਕਾਰ ਚੁਣ ਕੇ ਅਸੀਂ ਪੰਜਾਬੀਆਂ ਦੇ ਪੰਜਾਬੀਆਂ ਨੂੰ ਇਹ ਮਾਣ ਹੁੰਦਾ ਹੈ ਕਿ ਹਮੇਸ਼ਾ ਉਹ ਅਵਲ ਰਹਿਣ ਤੇ ਇਸ ਵਾਰ ਵੀ ਸਾਨੂੰ ਉਮੀਦ ਹੈ ਕਿ ਪੰਜਾਬੀ ਵੋਟ ਪਾਣ ਦੇ ਵਿੱਚ ਵੀ ਅਵਲ ਰਹਿਣਗੇ ਜਿਹੜੇ ਪੰਜਾਬੀਆਂ ਦੇ ਉੱਤੇ ਆ ਵੀ 70% ਜਿਹੜੀ ਆ ਉਹ VOTING ਹੁੰਦੀ ਆ ਉਹ ਕੋਸ਼ਿਸ਼ ਕਰਾਂਗੇ ਕਿ ਪੰਜਾਬੀਓ ਅੱਗੇ ਆਓ ਇਸ ਵਾਰ ਇੱਕ ਨਵਾਂ ਰਿਕਾਰਡ ਬਣਾਓ ਤੇ 90 ਤੋਂ 95 100% ਤੇ ਜੀਆਂ ਆਪਣੀਆਂ ਵੋਟ ਪਾਓ ਕਰੋ ਤਾਂ ਕਿ ਇਹਨਾਂ ਚਣੌਕੀ ਯੁੱਧਿਆਂ ਦੀ ਜਿਹੜੀ جنگ ਹੈ ਉਹ ਅਸੀਂ ਜਿੱਤ ਸਕੀਏ ਤੁਹਾਡਾ ਜਸਵੀਜੀ ਤੇ ਸਰਜੀਤ ਲਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਕਰਦੇ ਹੋਏ ਫਿਲਹਾਲ ਅੱਜ ਲੈਨੇ ਆ ਗਿਆ ਫਿਰ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਬਹੁਤ ਬਹੁਤ ਤੁਹਾਡਾ ਸਭ ਦਾ ਧੰਨਵਾਦ ਨਮਸਕਾਰ